ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਲਾਂ ਬਾਅਦ ਸੂਬੇ ਵਿੱਚ ਸਰਕਾਰੀ ਥਰਮਲ ਪਲਾਂਟਾਂ ਤੋਂ ਬਿਜਲੀ ਉਤਪਾਦਨ 'ਚ ਵਾਧਾ ਹੋਇਆ ਹੈ ਅਤੇ ਪੰਜਾਬ 'ਚ ਪਹਿਲੀ ਵਾਰ ਖੇਤੀਬਾੜੀ ਖੇਤਰ ਨੂੰ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਨਹੀਂ ਪਵੇਗਾ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਪੂਰੀ ਬਿਜਲੀ ਮਿਲਦੀ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਨੀਤ ਸੱਚੀ ਹੋਵੇ ਤਾਂ ਸਾਰੇ ਕੰਮ ਆਪਣੇ ਆਪ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਨੀਤ ਬਹੁਤ ਸਾਫ਼ ਹੈ ਅਤੇ ਉਹ ਕੁਝ ਕਰਨਾ ਚਾਹੁੰਦੀ ਹੈ, ਜਦਕਿ ਪਿਛਲੀਆਂ ਸਰਕਾਰਾਂ ਦੀ ਨੀਤ ਵਿੱਚ ਹਮੇਸ਼ਾ ਨੁਕਸ ਨਿਕਲਦਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਬਿਜਲੀ ਪਲਾਂਟ ਪੰਜਾਬ ਦੀ ਵਿਰਾਸਤ ਹਨ ਅਤੇ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਹੋਰ ਮਜ਼ਬੂਤ ਬਣਾਇਆ ਜਾਵੇਗਾ ਅਤੇ ਇਹਨਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇਗਾ। ਸੂਬੇ ਵਿੱਚ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਵਿੱਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਿਵਲ ਸਕੱਤਰੇਤ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਦੋ ਦੇਸ਼ਾਂ ਦੀ ਪੂਰਤੀ ਕਰੇਗਾ, ਕਿਉਂਕਿ ਇਹ ਇੱਕ ਪਾਸੇ ਜਿੱਥੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ ਉੱਥੇ ਹੀ ਦੂਜੇ ਪਾਸੇ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦੇ ਸਿਖਦੇ ਸਿਰ ਦੇਗਾ। ਉਹਨਾਂ ਨੇ ਕਿਹਾ ਕਿ ਇਹ ਹੱਬ ਸਨਅਤਕਾਰਾਂ ਨੂੰ ਆਪਣੇ ਯੂਨਿਟ ਸਥਾਪਿਤ ਕਰਨ ਵਿੱਚ ਸਹੂਲਤ ਦੇਣ ਲਈ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਉਦਯੋਗਿਕ ਹੱਬਾਂ ਵਿੱਚ ਆਪਣੇ ਯੂਨਿਟ ਸਥਾਪਿਤ ਕਰਨ ਦੇ ਇੱਛੁਕ ਉਦਯੋਗਪਤੀਆਂ ਨੂੰ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ 'ਚ ਤੇਜ਼ੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਦੇ ਹੁਕਮ ਅਤੇ ਸੂਬੇ ਵਿੱਚ ਗਨ ਕਲਚਰ ਅਤੇ ਨਕੇਲ ਕੱਸੀ ਜਾ ਰਹੀ ਹੈ। ਗਨ ਕਲਚਰ ਦੇ ਨਕੇਲ ਕੱਸਦਿਆਂ ਪੰਜਾਬ ਪੁਲਿਸ ਨੇ ਸੂਬੇ ਵਿੱਚ 5000 ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਰੱਦ ਕੀਤੇ ਲਾਇਸੈਂਸ ਨਿਯਮਾਂ ਦੀ ਧੱਜੀਆਂ ਉਡਾ ਕੇ ਬਣਾਏ ਗਏ ਸੀ। ਇਸ ਵਿੱਚ ਕੁਝ ਲੋਕਾਂ ਨੇ ਫਰਜ਼ੀ ਰਿਹਾਇਸ਼ ਦਾ ਪਤਾ ਦਿੱਤਾ ਸੀ, ਜਦਕਿ ਕੁਝ ਨੇ ਆਪਣੇ ਖਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਪਾ ਲਏ ਸਨ। ਅਸਲਾ ਲਾਇਸੈਂਸ ਦੀ ਵੈਰੀਫਿਕੇਸ਼ਨ ਦਾ ਕੰਮ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਇਸ ਤੋਂ ਬਾਅਦ ਵੀ ਸੂਚਨਾ 'ਚ ਪਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਨੇ ਬਹੁਤ ਸਾਰੇ ਜੁਗਾੜ ਲਾਏ ਹੋਏ ਹਨ। ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ 2-2 ਮੀਟਰ ਲਵਾ ਲਏ ਹਨ। ਇੱਕ ਘਰ ਵਿੱਚ 2 ਮੀਟਰ ਲਗਵਾ ਕੇ ਮੁਫ਼ਤ ਬਿਜਲੀ ਦਾ ਲਾਭ ਲੈ ਰਹੇ ਲੋਕਾਂ ਦੀ ਹੁਣ ਖੈਰ ਨਹੀਂ ਹੈ। ਇਸ ਸਭ ਨਾਲ ਨਜਿੱਠਣ ਲਈ ਪਾਵਰਕੌਮ ਨੇ ਹੁਣ ਨਵਾਂ ਪੈਂਤੜਾ ਅਖਤਿਆਰ ਕੀਤਾ ਹੈ। ਪਾਵਰਕੌਮ ਵੱਲੋਂ ਇੱਕ ਇਮਾਰਤ ਵਿੱਚ 2 ਮੀਟਰ ਲਾਉਣ ਦੀ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਵਰਕੌਮ ਨੇ ਹੁਣ ਤੱਕ ਇੱਕ ਇਮਾਰਤ ਵਿੱਚ ਲੱਗੇ 2 ਮੀਟਰਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਨੂੰ ਸੌਂਪ ਦਿੱਤਾ ਹੈ, ਜਿਸਦੀ ਰਿਪੋਰਟ ਆਉਣ ਮਗਰੋਂ ਹੀ ਇਹ ਮੀਟਰ ਲਾਉਣ ਸੰਬੰਧੀ ਫੈਸਲਾ ਲਿਆ ਜਾਵੇਗਾ। ਪੰਜਾਬ 'ਚ ਵਿਆਹਾਂ ਦੇ ਸੀਜ਼ਨ ਦੌਰਾਨ ਅਤੇ ਵਧਦੀ ਧੁੰਦ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਸਾਰੇ ਮੈਰਿਜ ਪੈਲਸਾਂ ਦੇ ਬਾਹਰ ਪੁਲਿਸ ਨਾਕੇ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਉੱਥੇ ਹੀ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਮੌਕੇ 'ਤੇ ਐਲਕੋ ਸੈਂਸਰ ਨਾਲ ਸਾਹ ਦੀ ਜਾਂਚ ਕਰਕੇ ਮੋਟਾ ਚਲਾਣ ਵੀ ਕੀਤਾ ਜਾਵੇਗਾ। ਸਾਫ਼ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਵਿਆਹਾਂ ਵਿੱਚ ਸ਼ਾਮਿਲ ਹੋ ਕੇ ਸਹੀ ਸਲਾਮਤ ਘਰ ਪਰਤਣਾ ਹੈ, ਇਸ ਲਈ ਉਹਨਾਂ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ ਪੰਜਾਬ ਨੇ ਪੰਜਾਬ ਮਾਰਕਫੈੱਡ ਦੇ MRM ਕੰਪਲੈਕਸ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਕਣਕ ਦੇ ਸਟੋਕ ਵਿੱਚ ਵੱਡਾ ਗਬਨ ਕਰਨ ਦੇ ਦੋਸ਼ ਹੇਠ ਸੀਨੀਅਰ ਬ੍ਰਾਂਚ ਅਧਿਕਾਰੀ ਰਾਜਵੀਰ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਮਾਮਲੇ ਵਿੱਚ ਰਾਜਵੀਰ ਸਿੰਘ ਬੈਂਸ ਸਮੇਤ ਸ਼ਾਮਿਲ ਮਾਰਕਫੈੱਡ ਦੇ 4 ਮੁਲਜ਼ਮਾਂ ਨੇ MRM ਕੰਪਲੈਕਸ ਵਿਖੇ ਭੰਡਾਰ ਕੀਤੀ 6097 ਕੁਇੰਟਲ ਕਣਕ ਦੀਆਂ 12194 ਬੋਰੀਆਂ ਦੀ ਹੇਰਾਫੇਰੀ ਕਰਕੇ ਸਰਕਾਰੀ ਖਜ਼ਾਨੇ ਨੂੰ 1.25 ਲੱਖ ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ MRM ਕੰਪਲੈਕਸ ਰਾਜਪੁਰਾ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਾਰਕਫੈੱਡ ਦੇ ਭੰਡਾਰਨ ਗੁਦਾਮਾਂ ਅਤੇ ਢੇਂਡਸਾ ਵਿਖੇ ਪੁਲਿਥ ਦੀ ਅਚਨਚੇ ਚੈਕਿੰਗ ਕਰਨ ਉਪਰੰਤ ਦਰਜ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਚੰਡੀਗੜ੍ਹ ਮਾਨਸਾ ਮਾਮਲੇ ਵਿੱਚ ਪੰਜਾਬ ਦੀ ਮਾਨਸਾ ਪੁਲਿਸ ਵੱਲੋਂ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਧੌਲਕ ਤੋਂ ਪੁੱਛਗਿੱਛ ਕੀਤੀ ਗਈ ਹੈ। ਦੋਵੇਂ ਗਾਇਕ ਦੁਪਹਿਰ ਸਮੇਂ ਦੇ ਲਗਭਗ ਮਾਨਸਾ CIA ਪੁਲਿਸ ਕੋਲ ਪਹੁੰਚੇ ਸਨ। ਪੁਲਿਸ ਨੇ ਪਹਿਲਾਂ ਮਨਕੀਰਤ ਧੌਲਕ ਤੋਂ ਪੁੱਛਗਿੱਛ ਕੀਤੀ, ਜਦਕਿ ਬਾਅਦ ਵਿੱਚ ਬੱਬੂ ਮਾਨ ਤੋਂ ਸਵਾਲ ਜਵਾਬ ਕੀਤੇ। ਪੁਲਿਸ ਵੱਲੋਂ ਦੋਵੇਂ ਗਾਇਕਾਂ ਤੋਂ 2 ਦਰਜਨ ਤੋਂ ਵਧੇਰੇ ਸਵਾਲਾਂ ਦੇ ਜਵਾਬ ਪੁੱਛੇ ਗਏ ਹਨ, ਜਿਨ੍ਹਾਂ ਦੇ ਜਵਾਬਾਂ ਤੋਂ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨਾ ਕੁ ਸੰਤੁਸ਼ਟ ਹੁੰਦੀ ਹੈ। ਮਾਨਸਾ ਪੁਲਿਸ ਵੱਲੋਂ ਬੀਤੇ ਦਿਨੀ ਗਾਇਕ ਬੱਬੂ ਮਾਨ, ਮਨਕੀਰਤ ਧੌਲਕ ਅਤੇ ਨਿਸ਼ਾਨ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਇਹ ਪੁੱਛਗਿੱਛ ਲਈ ਹਾਜ਼ਰ ਹੋਏ। ਦੋਵੇਂ ਗਾਇਕ ਆਪਣੇ ਸੁਰੱਖਿਆ ਕਰਮਚਾਰੀਆਂ ਤੇ ਵਕੀਲਾਂ ਨਾਲ ਮਾਨਸਾ ਪੁਲਿਸ ਕੋਲ ਪਹੁੰਚੇ ਸਨ। ਦੇਖੋ, ਲੋਕਾਂ ਨੂੰ ਰਾਹਤ ਦੀ ਜਿੱਥੋਂ ਤੱਕ ਗੱਲ ਆ, ਤੁਸੀਂ ਹੁਣੇ ਬਿਜਲੀ ਫ੍ਰੀ ਦੀ ਗੱਲ ਕੀਤੀ ਸੀਗੀ, ਕਿਸੇ ਦਾ 600 ਯੂਨਿਟ ਫ੍ਰੀ ਕਰਨ ਵਾਸਤੇ ਹਰ ਘਰ ਦੇ ਵਿੱਚ ਕਿਸੇ ਨੂੰ ਕਿਸੇ ਬਿਜਲੀ ਘਰ ਦੇ ਵਿੱਚ ਜਾਣਾ ਪਿਆ, ਕਿਸੇ ਨੂੰ ਕੋਈ ਫਾਰਮ ਭਰਨਾ ਪਿਆ, ਕਿਸੇ ਨੂੰ ਕੋਈ
परेशानी का सामना करना पाया। एक भी व्यक्ति जरा किसी भी इलैक्ट्रिसिटी ऑफिस के नहीं गया, ऑटोमैटिकली सिस्टम इंप्रूव किया कि जरा 600 यूनिट आ उतों तक बिल रहेगा तो ऑटोमैटिकली जीरो जनरेट हो जाएगा। सो असी कोशिश के कि हर फील्ड के जरा इस तरह किया जाए कि लोगों दफ्तर के चक्कर जोड़े आ ना लाने पैन। विरोधी पार्टियां कह रही ने कि दिल्ली गुजरात बहुत हो गया, पंजाब के काम भी कर लो। पंजाब के काम कर रहे हैं जी, देखो पिछले 8 महीनों के काम पंजाब के नहीं किए। तुसी देखो जिहड़ियां पार्टियां पिछले 6 महीने ज 5 महीने तो काम कर दियां हुंदियां सीगियां जदों रह जांदे सीगे। सरदार भगवंत सिंह मान साहब की सरकार ने पहले 8 महीनों के अपनी स्पष्ट वधिया कारगुजारी जिहड़ी दित्ती है। हर फील्ड के असी अपने रैगूलर इंपलॉई भर्ती कर रहे हैं, जिहड़े कच्चे मुलाजम सीगे 10,000 उन्हां नूं पक्कियां कर दित्ता, 22,000 बंदियां नूं हुण तक असी अपॉइंटमेंट लैटर दे चुके हैं। PSPCL के एजुकेशन डिपार्टमेंट के हैल्थ के पुलिस के हर थां नौकरियां जिहड़ियां ने एडवरटाइज कीतियां जा रही ने, भर्ती किए जा रहे हैं। करप्शन के उत्ते व्हाट्सएप नंबर जारी किया, वड्डे वड्डे जिहड़े घपले वाले ने उन्हां जेलां दीआं सलाखां के पिछे बंद किया जा रहा है। सरकारी जिहड़े जमीनां के उत्ते नजायज़ कब्जे ने उन्हां छड़ाया जा रहा। सो किहड़े फील्ड के आपां कह सकते हैं कि आपां लॉ एंड ऑर्डर साडी मुढ़ली जिम्मेवारी आ, हर सरकार की हुंदी आ, उहनूं असीं वी उहनूं मेरे मैं तुहाडे माध्यम राहीं इह स्पष्ट करना चाहुंदा आ कि लॉ एंड ऑर्डर के उत्ते किसी तरह की कोई कुताही जिहड़ी कदाचित बर्दाश्त नहीं की जाएगी। सुरक्षा जिथे वधाउण दी लोड़ होएगी उथे सुरक्षा भी वधावांगे, आम जिहड़े लोक ने उन्हां दी सुरक्षा वधावांगे। किसी भी जमुना अपार्टमेंट है, हाईवे ते इलीगल कंस्ट्रक्शन चल दी पई है, ठीक है जी। वार्ड नंबर 6 च सिटी हार्ड दे विच बरसाती नाले दे उपर कंस्ट्रक्शन चल दी है, उपर कंस्ट्रक्शन होगी। तुसी ते काफी पुराने इथों, बरसाती नाले असी नहीं छड्डे, ठीक है। 44-22 फुट जगह छड्डनी हुंदी है, 44-22 फुट दे बरसाती नाले किन्ने दे रह गए, 12-12 फुट दे। किस किस घपले की मैं थोड़ी अमन सिटी का घपला दसा कि थोड़ा मैं केड़ी केड़ी वार्ड नंबर 20 का दसा जिथे हर थां बरसाती चौ उत्ते पाई हुई है, जां बिल्को दे घपले गणावा जां प्राइम सिटी दे घपले गणावा, किहदे किस किस घपले दे दशहरा ग्राउंड दे नेड़े फ्लैट बन रहे आ, हर थां घपला किथे किथे फौजी कलोनी होगी, चंडीगढ़ इनकलेव आ किथे, मेरे कोल सारिआं दा थोड़ा हिस्ट्री निकल आउणी आ, बचना किसे पासे नहीं पुछता। गल इह थोड़े साइन आ ਉਹਨਾਂ ਤੇ ਸਬੂਤ ਨੇ। ਖਰੜ ਖਰਾਬ ਕਿਵੇਂ ਹੋਇਆ ਤੁਹਾਨੂੰ ਪਤਾ, ਸੜਕ ਟੁੱਟੀ ਬਣ ਗਈ, ਮੀਡੀਆ ਭਰਾ ਖੜੇ ਪੰਜਾਬ ਸੁਣ ਰਿਹਾ, ਸੜਕ ਟੁੱਟੀ ਬਣ ਗਈ ਹੈ, ਸੜਕ ਤਾਂ ਨਵੀਂ ਬਣਾ ਦਾਂਗੇ। ਜਿੱਥੇ ਤੁਸੀਂ ਗਲਤ ਕਲੋਨੀ ਬਣਵਾਤੀ ਉਹ ਕਲੋਨੀ ਤਾਂ ਅਸੀਂ ਕਰਾਂਗੇ ਠੀਕ, ਜਿੱਥੇ ਲੋਕਾਂ ਨੂੰ ਆਪਦੇ ਘਰ ਜਾਣ ਵਾਸਤੇ ਵਹੀਕਲ ਬਾਹਰ ਪਾਰਕ ਕਰਨਾ ਪਵੇ, ਅੰਦਰ ਕਿਲੋਮੀਟਰ ਤੁਰ ਕੇ ਜਾਣਾ ਪਵੇ, ਜਿੰਨੀਆਂ ਚੋਆਂ ਖਰੜ ਚੋਂ ਨਿਕਲਦੀਆਂ ਸੀ ਉਹਨਾਂ ਉੱਤੇ ਫਲੈਟ ਬਣਵਾਤੇ, ਅੱਧੇ ਪੈਸੇ ਤੁਸੀਂ ਅੱਧੇ ਪੈਸੇ ਉਹਨਾਂ ਦੇ, ਇਹ ਕੁਛ ਚਲਾ ਕੇ ਇਲੀਗਲ ਨਕਸ਼ੇ ਪਾਸ ਕਰਵਾਈ ਜਾਂਦੇ ਆ, ਇਲੀਗਲ ਕੰਸਟਰਕਸ਼ਨ ਚੱਲੀ ਜਾਂਦੀ ਆ। ਅਰੇ ਸਰਕਾਰ ਬਦਲ ਗਈ ਆ, ਇਹਨੂੰ ਡਿਮੋਲਿਸ਼ ਕਰਾਓ, ਇਹ ਤੇ ਬਲਡੋਜ਼ਰ ਚਲਵਾਓ, ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਲੀਗਲ ਕੰਮ ਕਿਸ ਤਰੀਕੇ ਦੇ। SDO ਸਾਹਿਬ ਆਹ ਪ੍ਰੂਫ ਹੈ, ਰਿਪੋਰਟ ਬਣਾਓ, ਇਹਨਾਂ ਨੂੰ ਇਹਨਾਂ ਦੀ ਬਣਦੀ ਕਾਰਵਾਈ 100% ਹੋਣੀ ਚਾਹੀਦੀ ਹੈ, ਸੰਬੰਧਤ ਮੰਤਰਾਲੇ ਨੂੰ ਭੇਜਣੀ, ਵਿਜੀਲੈਂਸ ਨਾਲ ਵੀ ਮੈਂ ਗੱਲ ਕਰਦੀ ਆ, ਸਾਰਿਆਂ ਦੀ ਇਨਕੁਆਇਰੀ ਖੋਲੋ। ਪੂਰਵ ਪ੍ਰਧਾਨ ਕੋਈ ਗੱਲ ਕਰੇ ਤਾਂ ਦੈਨ ਯੂ ਕੈਨ ਆਸਕ ਕੁਐਸਚਨ, ਜੇ ਯਾਰ ਕੋਈ
ਐਵੇਂ ਬੰਦਾ ਯਾਰ ਲੇਕਿਨ ਜਿਹੜਾ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਜਿਹੜੇ ਲਗਾਤਾਰ ਨੋਟਿਸ ਆ ਰਹੇ ਨੇ ਉਹਨਾਂ ਨੂੰ ਕਿੱਦਾਂ ਦੇਖਦੇ ਕਿਸੇ ਨੂੰ ਵੀ ਦੇਣ ਆਮਦਨ ਤੋਂ ਵੱਧ ਸੰਪਤੀ ਦੇ ਨੋਟਿਸ ਇਹ ਤਾਂ ਜਦੋਂ ਨੋਟਿਸ ਉਸ ਤੋਂ ਬਾਅਦ ਕੋਰਟ ਨੇ ਤੈਅ ਕਰਨਾ ਕਿ ਆਮਦਨ ਤੋਂ ਵੱਧ ਸੰਪਤੀ ਸੀ ਕਿ ਨਹੀਂ ਸੀ ਫਿਰ ਤਾਂ ਬਾਦਲਾਂ ਨੂੰ ਤਾਂ ਸਭ ਤੋਂ ਵੱਡੇ ਨੋਟਿਸ ਆਏ ਹੋਏ ਸੀ 32-32 crore ਦੇ ਆਏ ਹੋਏ ਸੀ ਇਹ ਤਾਂ ਸਾਰੇ ਹੀ ਛੋਟੇ ਆ ਖਹਿਰਾ ਸਾਹਿਬ ਆਪਦੀਆਂ ਆਪ ਜਾਣਦੇ ਯਾਰ ਮੈਨੂੰ ਨਹੀਂ ਪਤਾ ਖਹਿਰਾ ਸਾਹਿਬ ਨੇ ਕੀ ਕਿਹਾ ਮੈਂ ਸੁਣਿਆ ਨਹੀਂ ਕਮਲਜੀਤ ਬਰਾੜ ਦੇ ਐਲੀਗੇਸ਼ਨ ਜਿਹੜੇ ਨੇ ਉਹਨਾਂ ਨੂੰ ਕਿੱਦਾਂ ਦੇਖਦੇ ਬ੍ਰਦਰ ਜੋ ਪਾਰਟੀ ਜਦੋਂ ਪਾਰਟੀ ਚੋਂ ਕੱਢ ਦਿੱਤੇ ਗਏ ਆ ਵਿਅਕਤੀ ਸੋ ਉਹਨਾਂ ਬਾਰੇ ਮੈਂ ਕੋਈ ਐਵੇਂ ਟਿੱਪਾ ਟਿੱਪਣੀ ਕਰਾਂ ਕੋਈ ਚੰਗੀ ਗੱਲ ਨਹੀਂ ਮੈਂ ਤਾਂ ਤੁਹਾਨੂੰ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ ਜਾ ਕੇ ਉਹਨਾਂ ਦੇ ਬਾਪ ਪਿਤਾ ਜੀ ਸਰਦਾਰ ਭੋਲਾ ਸਿੰਘ ਜੀ ਜਿੰਦਾ ਜਾਗਦਾ ਬੈਠੇ ਨੇ ਤੁਸੀਂ ਉਹਨਾਂ ਨੂੰ ਇਹ ਸਵਾਲ ਕਰ ਸਕਦੇ ਹੋ ਰਾਦਰ ਦੈਨ ਆਸਕਿੰਗ ਵੀ ਮੈਂ ਕੀ ਕਹੂੰਗਾ ਮੈਂ ਕੀ ਕਹੂੰਗਾ ਵੀ ਮੈਂ ਲਏ ਆ ਪੈਸੇ ਇਹ ਤਾਂ ਮੂਸੇਵਾਲਾ ਸਾਹਿਬ ਦੇ ਫਾਦਰ ਦੱਸਣਗੇ ਵੀ ਲਏ ਕਿ ਨਹੀਂ ਲਏ ਮੈਨੂੰ ਪੁੱਛੋਗੇ ਤਾਂ ਮੈਂ ਸੋ ਇਹ ਬੇਤੁਕੀਆਂ ਗੱਲਾਂ ਵਾਹੀਆਤ ਗੱਲਾਂ ਅੱਜ 8 ਮਹੀਨੇ ਹੋ ਗਏ ਸਿੱਧੂ ਚਲਾ ਗਿਆ ਉਦੋਂ ਬਾਅਦ ਆਈਆਂ ਇਹ ਗੱਲਾਂ ਇਹ ਉਦੋਂ ਕਿਉਂ ਨਹੀਂ ਆਈਆਂ ਵਾਹਦ ਇੱਕ ਰਾਜਾ ਵੜਿੰਗਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਭੋਗ ਦੇ ਦਰਮਿਆਨ ਇਹ ਗੱਲ ਕਹੀ ਕਿ ਜੋ ਰਾਜਾ ਵੜਿੰਗ ਨੇ ਸਾਡੇ ਪਰਿਵਾਰ ਦੇ ਲਈ ਖੜੇ ਹੋਏ ਆ ਉਹ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਅੱਜ ਚੀਫ ਮਿਨਿਸਟਰ ਪੰਜਾਬ ਆਪ ਦੀ ਸਰਕਾਰ ਪੰਜਾਬ ਨੇ ਇੱਕ ਨਵਾਂ ਫੈਸਲਾ ਕੀਤਾ ਹੈ ਔਰ ਉਹ ਫੈਸਲਾ ਇਹ ਹੈ ਕਿ ਮੈਰਿਜ ਪੈਲੇਸਾਂ ਦੇ ਬਾਹਰ ਬ੍ਰੈਥ ਐਨਾਲਾਈਜ਼ਰ ਟੈਸਟ ਕੀਤੇ ਜਾਣਗੇ ਕਿਉਂਕਿ ਜੋ ਡਰੰਕ ਡਰਾਈਵਿੰਗ ਦੇ ਹਾਦਸੇ ਨੇ ਐਕਸੀਡੈਂਟਸ ਨੇ ਕਹਿੰਦੇ ਪੰਜਾਬ 'ਚ ਬਹੁਤ ਵੱਧ ਰਹੇ ਕੋਈ ਵੀ ਫੈਸਲਾ ਜਿਹੜਾ ਡਰੰਕ ਡਰਾਈਵਿੰਗ ਨੂੰ ਰੋਕਣ ਵਾਸਤੇ ਕਿ ਜਿਹੜਾ ਵੀ ਡਰਿੰਕ ਕਰ ਲੈਂਦਾ ਗੱਡੀ ਸੜਕ 'ਤੇ ਨਾ ਚਲਾਵੇ ਉਹਨੂੰ ਰੋਕਣ ਵਾਸਤੇ ਕੋਈ ਵੀ ਕਦਮ ਪੁੱਟਿਆ ਜਾਵੇ ਬਹੁਤ ਹੀ ਇਹ ਚੰਗੀ ਗੱਲ ਹੈ ਮਗਰ ਸੀਐਮ ਸਾਹਿਬ ਇੱਕ ਗੱਲ ਇਹ ਵੀ ਹੈ ਇਕੱਲੀ ਇਹ ਸਿਆਸਤ ਜਾਂ ਮੈਰਿਜ ਪੈਲਸਾਂ ਵਾਲਿਆਂ ਨੂੰ ਤੰਗ ਕਰਨ ਦਾ ਇੱਕ ਜ਼ਰੀਆ ਨਵਾਂ ਜ਼ਰੀਆ ਨਾ ਬਣ ਜੇ ਜਾਂ ਜਿਹੜੇ ਵਿਆਹਾਂ 'ਤੇ ਗਏ ਆ ਉੱਥੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਇੱਕ ਨਵਾਂ ਅਥਾਰਟੀਜ਼ ਵੱਲੋਂ ਇੱਕ ਨਵਾਂ ਪ੍ਰਮਾਣ ਪੱਤਰ ਨਾ ਉਹਨਾਂ ਦੇ ਹੱਥ 'ਚ ਫੜਾਓ ਡਰੰਕ ਡਰਾਈਵਿੰਗ ਜੇ ਰੋਕਣੀ ਹੈ ਕਿ ਜਿਹੜੇ ਬਾਹਰਲੇ ਮੁਲਕਾਂ 'ਚ ਬਾਹਰਲੇ ਦੇਸ਼ਾਂ 'ਚ ਕਿੱਥੇ ਵੀ ਕਦੋਂ ਵੀ ਇਹਦੀ ਚੈਕਿੰਗ ਹੁੰਦੀ ਹੈ ਉਸ ਰੂਲ ਨੂੰ ਫੋਲੋ ਕਰੋ ਉਸ ਸਿਸਟਮ ਨੂੰ ਫੋਲੋ ਕਰੋ ਔਰ ਜ਼ਰੂਰੀ ਕਿਉਂ ਮੈਰਿਜ ਪੈਲੇਸ ਬਾਹਰ ਕਿ ਲੋਕ ਘਰਾਂ 'ਚ ਸ਼ਰਾਬ ਨਹੀਂ ਪੀ ਰਹੇ ਕਿ ਲੋਕ ਰੈਸਟੋਰੈਂਟ 'ਚ ਜਾ ਕੇ ਸ਼ਰਾਬ ਨਹੀਂ ਪੀ ਰਹੇ ਕਿਉਂਕਿ ਤੁਸੀਂ ਸ਼ਰਾਬ ਦੀ ਸੇਲ ਲੀਗਲ ਚਾਹੇ ਉਹ ਘਰਾਂ 'ਚ ਉਹ ਬਹਿ ਕੇ ਪੀਣ ਚਾਹੇ ਉਹ ਹੋਟਲਸ 'ਚ ਜਾਣ ਚਾਹੇ ਉਹ ਰੈਸਟੋਰੈਂਟ 'ਚ ਜਾਣ ਅਤੇ ਵਾਏ ਓਨਲੀ ਮੈਰਿਜ ਪੈਲੇਸ ਫਿਰ ਜਾਂ ਤਾਂ ਤੁਸੀਂ ਸੇਲ ਆਫ ਲੇਕਰ ਬੈਨ ਕਰ ਦਿਓ ਮਗਰ ਜੇ ਇਹ ਠੀਕ ਹੈ ਫੈਸਲਾ ਤੁਸੀਂ ਲਿਆ ਮਗਰ ਡੋਂਟ ਚੈਰੀ ਪਿੱਕ ਜੇ ਇਸ ਗੱਲ 'ਤੇ ਤੁਸੀਂ ਰੋਕ ਲਾਉਣੀ ਹੈ ਅਤੇ ਫਿਰ ਇਹਦਾ ਕੋਈ ਇੱਕ ਜਗ੍ਹਾ ਨਾ ਕਰੋ ਤੰਗ ਪਰੇਸ਼ਾਨੀ ਕਰਨ ਦਾ ਕਿ ਨਵਾਂ ਕੇਂਦਰ ਨਾ ਬਣਾ ਦਿਓ ਮੈਰਿਜ ਪੈਲਸਾਂ ਵਾਲਿਆਂ ਨੂੰ ਜਾਂ ਜਿਹੜੇ ਵਿਆਹ ਸ਼ਾਦੀ 'ਤੇ ਗਏ ਕਿਉਂਕਿ ਸਾਰੇ ਵਿਆਹ ਸ਼ਾਦੀ 'ਚ ਜਾ ਕੇ ਪੀਣ ਦੇ ਆਦੀ ਨਹੀਂ ਆ